ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਜੇਕਰ ਆਪਣੇ ਕੱਪੜੇ ਦੇ ਪ੍ਰਿੰਟਰਡ ਸੂਟ ਦਾ ਫੁੱਲ ਉੱਪਰ ਨੂੰ ਪ੍ਰਿੰਟ ਹੋ ਜਾਂਦਾ ਜਾਂਦਾ ਹੋਵੇ ਤੇ ਫਿਰ ਜਦੋਂ ਆਪਾਂ ਇਦਾਂ ਕਰਕੇ ਕੱਪੜਾ ਲੈ ਲਾਂਗੇ ਤੇ ਇੱਥੋਂ ਆਪਾਂ ਹੋਲਡ ਕਰਕੇ ਇਦਾਂ ਦੋਨੇ ਪੱਲੇ ਪਾਈ ਤਾਂ ਧਰ ਲਾਂਗੇ ਪ੍ਰਿੰਟਰਡ ਸੂਟ ਦੇ ਤੇ ਫਿਰ ਆਪਣਾ ਇੱਕ ਪੱਲਾ ਤਾਂ ਉੱਪਰ ਨੂੰ ਫੁੱਲ ਚਲੇ ਜਾਣਗੇ ਇੱਕ ਪੱਲੇ ਦੇ ਥੱਲੇ ਨੂੰ ਆ ਜਾਣਗੇ ਫਿਰ ਆਪਾਂ ਨੇ ਇਹਨੂੰ ਕਿਦਾਂ ਸਿੱਧੇ ਕਰਨਾ ਇਦਾਂ ਪਹਿਲਾਂ ਇੱਕ ਕਪੜਾ ਲੈ ਲਿਆ ਤੇ ਫਿਰ ਇੱਥੇ ਤੱਕ ਆਪਾਂ ਆਪਣੀ ਪੂਰੀ ਤਿਆਰ ਲੰਬਾਈ ਦੇ ਵਿੱਚ 3 ਪਲੱਸ ਕਰਕੇ ਇੱਥੇ ਤੱਕ ਕਪੜਾ ਲੈ ਕੇ ਤੇ ਫਿਰ ਆਪਾਂ ਨੇ ਆ ਜਿਹੜਾ ਫੋਲਡ ਸਾਈਡ ਆ ਇੱਥੋਂ ਕਟਿੰਗ ਕਰਕੇ ਫਿਰ ਇਹਦੀ ਫੋਲਡ ਸਾਈਡ ਹੈ ਨਾ ਇਹਦੀ ਆਪਾਂ ਇਦਾਂ ਕਟਿੰਗ ਕਰ ਦੇਣੀ ਆ ਕਟਿੰਗ ਕਰਕੇ ਹੁਣ ਆ ਦਿਖਾਉਣੀ ਆ ਮੈਂ ਤੁਹਾਨੂੰ ਆ ਸਾਰੇ ਫੁੱਲਾਂ ਦੇ ਇਹੜੇ ਆ ਉੱਪਰ ਨੂੰ ਜਾਂਦੇ ਨੇ ਮੂੰਹ ਆਹ ਵਾਲੀਆਂ ਦੀ ਚਿੱਟਿਆਂ ਦੇ ਇਹ ਤਾਂਹਾਂ ਨੂੰ ਫੁੱਲ ਜਾਂਦੇ ਨੇ ਤੇ ਹੁਣ ਜੇਕਰ ਆਪਾਂ ਇਦਾਂ ਹੀ ਸਿਉਂਦੀਏ ਤੇ ਫੇਰ ਜੇਕਰ ਆਪਾਂ ਇਦਾਂ ਫੋਲਡ ਕਰੇ ਤੇ ਇਦਾਂ ਹੀ ਆਪਾਂ ਉੱਤੇ ਫੋਲਡ ਕਰਕੇ ਤੀਰਾ ਮੋਢਾ ਲਾਉਣ ਲੱਗ ਜਾਂਦੀ ਫੇਰ ਇੱਕ ਬੈਕ ਦਾ ਉੱਪਰ ਨੂੰ ਚਲਾ ਜਾਣਾ ਸੀ ਹੁਣ ਜਿੱਦਾਂ ਆਹ ਵਾਲਾ ਵਾ ਇਹ ਉੱਪਰ ਨੂੰ ਚਲਾ ਜਾਣਾ ਸੀ ਤੇ ਜਿਹੜਾ ਹੁਣ ਆਹ ਵਾਲਾ ਆਹ ਵਾਲਾ ਪੱਲਾ ਇਹਦੇ ਫੋਲਾ ਦੇਖੋ ਜੇ ਇਦਾਂ ਇਧਰ ਨੂੰ ਕਰਾਂਗੇ ਆਪਾਂ ਇਧਰ ਨੂੰ ਆਹ ਥੱਲੇ ਨੂੰ ਚਲੇ ਜਾਣਗੇ ਤੇ ਫੋਲ ਥੱਲੇ ਨੂੰ ਮੂੰਹ ਹੋ ਗਈ ਹੁਣ ਆਪਾਂ ਨੇ ਇਹਨੂੰ ਜਦੋਂ ਇਦਾਂ ਨੀਚੇ ਫੋਲਡ ਸਾਈਡ ਤੋਂ ਕੱਟ ਕੇ ਇਦਾਂ ਉਲਟਾ ਕੇ ਇਦਾਂ ਸਿੱਧਾ ਰੱਖ ਲੈਣਾ ਆ ਦੇਖੋ ਪਾਸਾ ਲਾ ਕੇ ਬਿਲਕੁਲ ਇਹਦੇ ਵੀ ਉੱਪਰ ਨੂੰ ਜਾਂਦੇ ਹੁਣ ਇਦਾਂ ਰੱਖ ਦੇਣਾ ਤੇ ਹੁਣ ਜਦ ਆਪਾਂ ਆਹ ਉਲਟਾ ਕੇ ਰੱਖਿਆ ਪੱਲਾ ਕਟਿੰਗ ਕਰਕੇ ਆਪਾਂ ਪਾਸਾ ਉਲਟਾਤਾ ਆ ਹੁਣ ਜਿਹਦੇ ਫੋਲ ਉੱਪਰ ਨੂੰ ਜਾਂਦੇ ਨੇ ਉਹਨੂੰ ਆਪਾਂ ਇਦਾਂ ਰੱਖ ਕੇ ਇਦਾਂ ਫਿਰ ਇਹਨੂੰ ਫੋਲਡ ਬਾਹਰ ਵਿੱਚ ਕਰਨਾ ਆ ਦੇਖੋ ਆਪਾਂ ਹੁਣ ਇਹਦਾ ਪਾਸਾ ਪਲਟਾ ਕੇ ਇਦਾਂ ਫਿਰ ਆਪਾਂ ਸੈੱਟ ਕਰਕੇ ਰੱਖ ਲਿਆ ਪਹਿਲਾਂ ਲੰਬਾਈ ਤਿਆਰ ਲੰਬਾਈ ਦੇ ਵਿੱਚ 3 ਪਲੱਸ ਕਰਕੇ ਲੰਬਾਈ ਬੁਰੀ ਕਰ ਲਈ ਤੇ ਤਿਆਰ ਘੇਰੇ ਦੇ ਵਿੱਚ 3 ਪਲੱਸ ਕਰਕੇ ਆਪਾਂ ਕੇਰਾ ਕਰਕੇ ਉਦਾਂ ਹੀ ਆਪਾਂ ਕੱਪੜਾ ਫੋਲਡ ਪਏ ਤੇ ਆਪਾਂ ਇਹਦੀ ਕਟਿੰਗ ਕਰ ਲਈ ਸੀ ਤੇ ਬਸ ਹੁਣ ਆਪਾਂ ਇਹਨੂੰ ਜਦੋਂ ਅਦੂਆਚ ਕਟਿੰਗ ਕਰਨ ਲੱਗਣਾ ਵਾ ਤੇ ਫੇਰ ਵਾ ਜਿਹੜੀ ਫੋਲਡ ਸਾਈਡ ਸੀ ਉਥੋਂ ਆਪਾਂ ਕੱਟ ਕੇ ਆਪਾਂ ਸਿੱਧੇ-ਸਿੱਧੇ ਫੁੱਲ ਦੋਨੇ ਪਾਸਾ ਉਲਟਾ ਕੇ ਸਿੱਧੇ-ਸਿੱਧੇ ਪਾਸੇ ਦੋਨੇ ਫੁੱਲਾਂ ਦੇ ਆਪਾਂ ਨੇ ਮੂੰਹ ਸਿੱਧੇ-ਸਿੱਧੇ ਕਰ ਲੈਨੇ ਆਹ ਦੇਖੋ ਹੁਣ ਆਹ ਵਾਲੇ ਵੀ ਦੇਖੋ ਉੱਪਰ ਨੂੰ ਜਾਣ ਲੱਗੇ ਤੇ ਇਹਦਾ ਪਾਸਾ ਪਲਟਾਉਣ ਦੇ ਨਾਲ ਆਹ ਫਰੰਟ ਵਾਲੇ ਵੀ ਉੱਪਰ ਨੂੰ ਜਾਣ ਲੱਗੇ ਤੇ ਇਦਾਂ ਪਲਟਾ ਕੇ ਫੇਰ ਇਹਨੂੰ ਇਦਾਂ ਰੱਖ ਕੇ ਸੈੱਟ ਕਰਕੇ ਰੱਖ ਲੈਣਾ ਬਿਲਕੁਲ ਕਾਣ ਨਹੀਂ ਆਉਣ ਦੇਣੀ ਹੈਗੀ ਆਦੇ ਬਿਲਕੁਲ ਸੈੱਟ ਕਰਕੇ ਰੱਖ ਕੇ ਫਿਰ ਆਪਾਂ ਨੇ ਇਹਨੂੰ ਫੋਲਡ ਕਰਕੇ ਫਿਰ ਇਹਦੇ ਉੱਤੇ ਤੀਰਾ ਮੋੜਾ ਫਿਰ ਬਾਅਦ ਵਿੱਚ ਲਾਉਣਾ ਬਸ ਇਦਾਂ ਕਟਿੰਗ ਕਰਕੇ ਪਾਸਾ ਉਲਟਾ ਦੇਣਾ ਤੇ ਹਾਂਜੀ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦ ਜੀ